ਸਾਰੀ ਬੈਰੀਅਰ ਤੇ ਇਸ ਵੇਲੇ ਮੌਜੂਦ ਆ ਸੀ ਜਿੱਥੇ ਅੱਜ ਪੂਰਾ ਦਿਨ ਝੜਪ ਚੱਲਦੀ ਰਹੀ ਔਰ ਪਿੱਛੇ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਕਿ ਹਰਿਆਣਾ ਪੁਲਿਸ ਇੱਥੇ ਬੈਠੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ ਕਿਉਂਕਿ ਪੂਰਾ ਦਿਨ ਬੇਸ਼ੱਕ ਤਲਖੀ ਦਾ ਮਾਹੌਲ ਰਿਹਾ ਪਰ ਹੁਣ ਕਿਤੇ ਨਾ ਕਿਤੇ ਠੰਡਾ ਮਾਹੌਲ ਹਰਿਆਣਾ ਪੁਲਿਸ ਵੀ ਸ਼ਾਂਤਮਈ ਤਰੀਕੇ ਦੇ ਨਾਲ ਇਸ ਵੇਲੇ ਇੱਥੇ ਬੈਠੀ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਕਿਸਾਨ ਖੜੇ ਨੇ ਇੱਧਰ ਕਿਸਾਨ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਇਹ ਕਿਸਾਨ ਜਦੋਂ ਦੁਪਹਿਰ ਤੱਕ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਸੀ ਤਾਂ ਇਹੀ ਪੁਲਿਸ ਆ ਜਿਹੜੀ ਉਹ ਅਥਰੂ ਗੈਸ ਦੇ ਗੋਲੇ ਸਿੱਟ ਰਹੀ ਸੀ ਪੂਰਾ ਦਿਨ ਜ਼ੋਰ ਅਜਮਾਇਸ਼ ਹੈ ਜਿਹੜੀ ਉਹ ਚੱਲਦੀ ਰਹੀ ਪਰ ਹੁਣ ਹਨੇਰਾ ਹੋਇਆ ਰਾਤ ਹੋਈ ਹੈ ਤਾਂ ਪੁਲਿਸ ਸ਼ਾਂਤ ਹੋਈ ਹੈ ਜਿੱਦਾਂ ਕਹਿੰਦੇ ਨੇ ਕਿ ਸੀਜ਼ ਫਾਇਰ ਹੋਇਆ ਸ਼ਾਂ ਰਾਤ ਦਾ ਵੇਲਾ ਔਰ ਇਹ ਹਰਿਆਣਾ ਪੁਲਿਸ ਹੈ ਇਹ ਸ਼ਾਂਤ ਖੜੀ ਹੈ ਪਰ ਦੁਪਹਿਰ ਤੱਕ ਸ਼ਾਮ ਤੱਕ ਜਦੋਂ ਜਿੱਥੇ ਹੁਣ ਕਿਸਾਨ ਖੜੇ ਨੇ ਬਿਲਕੁਲ ਨਾਲ ਨਾਲ ਖੜੇ ਨੇ ਹੁਣ ਤਾਂ ਖੈਰ ਦੋਨੋਂ ਧਿਰਾਂ ਸ਼ਾਂਤ ਨੇ ਦੋਨੋਂ ਧਿਰਾਂ ਆਪਸ ਵਿੱਚ ਗੱਲਬਾਤ ਵੀ ਹੋਈ ਹੈ ਸ਼ਾਂਤ ਨੇ ਆਹ ਕਿਸਾਨ ਖੜੇ ਨੇ ਆਹ ਹਰਿਆਣਾ ਪੁਲਿਸ ਖੜੀ ਆ ਪਰ ਸ਼ਾਮ ਤੱਕ ਇਹ ਤਸਵੀਰ ਨਹੀਂ ਸੀ ਤਾਂ ਇਹਨੂੰ ਅਸੀਂ ਸੀਜ਼ ਫਾਇਰ ਹੀ ਕਵਾਂਗੇ ਇੱਕ ਤਰ੍ਹਾਂ ਦਾ ਕਿ ਇਸ ਖਨੌਰੀ ਬੈਰੀਅਰ ਤੇ ਵੀ ਸੀਜ਼ ਫਾਇਰ ਹੋਇਆ ਯਾਨੀ ਦੋਨੇ ਧਿਰਾਂ ਸ਼ਾਂਤ ਹੋਈਆਂ ਆਪਸ ਵਿੱਚ ਗੱਲਬਾਤ ਵੀ ਹੋਈ ਆ ਹੁਣੇ ਇਹ ਸਰਦਾਰ ਸਾਹਿਬ ਹੁਣੀ ਗੱਲ ਕਰ ਰਹੇ ਸੀ ਹਰਿਆਣਾ ਪੁਲਿਸ ਦੇ ਨਾਲ ਕਿ ਸਾਡਾ ਤੁਹਾਡੇ ਨਾਲ ਕੋਈ ਨਿੱਜੀ ਰੌਲਾ ਨਹੀਂ ਨਿੱਜੀ ਵਿਵਾਦ ਨਹੀਂ ਪਰ ਅਸੀਂ ਤਾਂ ਆਪਦੇ ਹੱਕਾਂ ਦੀ ਗੱਲ ਕਰਦੇ ਆ ਸਰਦਾਰ ਸਾਹਿਬ ਹੁਣੇ ਹਰਿਆਣਾ ਪੁਲਿਸ ਨਾਲ ਤੁਹਾਡੀ ਗੱਲਬਾਤ ਵੀ ਚੱਲ ਰਹੀ ਸੀ ਇਹ ਉਹੀ ਪੁਲਿਸ ਆ ਜਿਹੜੀ ਆਥਣ ਤੱਕ ਗੋਲੇ ਸਿੱਟ ਰਹੀ ਸੀ ਹੁਣ ਮਾਹੌਲ ਠੰਡਾ ਠੰਡਾ ਬਿਲਕੁਲ ਠੰਡਾ ਜੀ ਔਰ ਸਭ ਤੋਂ ਪਹਿਲਾਂ ਜਦੋਂ ਇੱਕੋ ਜਿਹੇ ਇਹਨਾਂ ਨੇ ਹੱਲਾ ਬੋਲਿਆ ਬਿਲਕੁਲ ਸ਼ਾਂਤਮਈ ਗਏ ਔਰ ਪਹਿਲਾ ਜਿਹੜਾ ਸ਼ੈਲ ਸਾਡਾ ਵੱਜਿਆ ਆ ਦੇਖੋ ਇੱਥੇ ਆ ਕੇ ਮੇਰੇ ਵੱਜਿਆ ਇੱਕੋ ਜਿਹੇ ਇਹਨਾਂ ਨੇ ਸ਼ੁਰੂ ਕੀਤਾ ਸੀ ਪਾਣੀ ਦੀਆਂ ਪਛਾੜਾਂ ਅਥਰੂ ਗੈਸ ਦੇ ਗੋਲੇ ਔਰ ਬਿਨਾਂ ਚੇਤਾਵਨੀ ਦਿੱਤਿਆਂ ਬਿਲਕੁਲ ਅਸੀਂ ਇੱਥੇ ਮਤਲਬ ਇਹਦੂ ਅੱਗੇ ਜਾ ਕੇ ਖੜੇ ਸੀ ਬਿਲਕੁਲ ਕੁਛ ਵੀ ਸ਼ਾਂਤੀ ਸੀ ਉਹ ਲਾਂਭਾ ਤੁਸੀਂ ਹੁਣ ਦਿੱਤਾ ਇਹਨਾਂ ਨੂੰ ਕਿ ਭਾਈ ਤੁਸੀਂ ਸ਼ਾਂਤਮਈ ਬੈਠਾ ਤੇ ਮਹਾਰਾਜ ਸਾਡੇ ਨਾਲ ਕਿਹੜਾ ਦੁਸ਼ਮਣੀ ਸੀ ਉਹੀ ਦੇ ਕਹਿੰਦੇ ਤੁਸੀਂ ਸਾਡੇ ਭਰਾ ਜੇ ਕਿਸਾਨਾਂ ਦੇ ਪੁੱਤ ਜੇ ਮਜ਼ਦੂਰਾਂ ਦੇ ਪੁੱਤ ਜੇ ਸਾਡੇ ਭਰਾ ਜੇ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਲੜਾਈ ਆਪਣੀ ਸਾਰਿਆਂ ਦੀ ਸਾਂਝੀ ਆ ਕਿਸਾਨੀ ਦੀ ਲੜਾਈ ਆ ਦੇਸ਼ ਦੀ ਲੜਾਈ ਆ ਸਾਡੀ ਕੋਈ ਪਰਸਨਲ ਲੜਾਈ ਨਹੀਂ ਸਾਡੀ ਮੋਦੀ ਦੇ ਨਾਲ ਕੋਈ ਲੜਾਈ ਨਹੀਂ ਸਾਡੀ ਦੂਜੇ ਨਾਲ ਕਿਸੇ ਨਹੀਂ ਸਾਡੀ ਆਪਣੇ ਹੱਕਾਂ ਦੀ ਲੜਾਈ ਹੈ ਹੁਣ ਕੀ ਲੱਗਦਾ ਰਣਨੀਤੀ ਅੱਗੇ ਕੀ ਰਹਿਣ ਵਾਲੀ ਹੈ ਅੱਜ ਕੋਈ ਗੱਲਬਾਤ ਹੋਈ ਹੈ ਇਸ ਤੋਂ ਅੱਗੇ ਕੀ ਫੈਸਲਾ ਹੋਣ ਵਾਲਾ ਫੈਸਲਾ ਜੋ ਕਰਨਗੇ ਸਾਡੇ ਲੀਡਰ ਜੋ ਵੀ ਸਾਨੂੰ ਹੁਕਮ ਕਰਨਗੇ ਉਹੀ ਚੱਲੂਗਾ ਪਰ ਸਾਨੂੰ ਜੋ ਅੱਜ ਹੁਕਮ ਹੁਣ ਕਰ ਦੇਣ ਆਹ ਬੈਰੀਅਰ ਅਸੀਂ ਤੋੜ ਲਾਂਗੇ ਸਾਨੂੰ ਕੋਈ ਵੱਡੀ ਗੱਲ ਨਹੀਂ ਪਰ ਅਸੀਂ ਜਬਰ ਦਾ ਟਾਕਰਾ ਸਬਰ ਨਾਲ ਕਰ ਰਹੇ ਹਾਂ ਔਰ ਸਬਰ ਨਾਲ ਕਰਾਂਗੇ ਔਰ ਕਈ ਵਾਰ ਦਿੱਲੀ ਦੇ ਬਾਰਡਰ ਤੋੜੇ ਆ ਕਈ ਵਾਰ ਕੀਤਾ ਜੇ ਸਾਨੂੰ ਜਮਰੌਤ ਤਾਂ ਜਾ ਸਕਦੇ ਦਿੱਲੀ ਸਾਨੂੰ ਦੂਰ ਨਹੀਂ ਕਈ ਵਾਰ ਦਿੱਲੀ ਜਿੱਤ ਕੇ ਛੱਡੀ ਆ ਹੁਣ ਵੀ ਸਾਡਾ ਉਹ ਹੀ ਐਟੀਚਿਊਡ ਪਰ ਅਸੀਂ ਕਹਿੰਦੇ ਹਾਂ ਵੀ ਜੋ ਸਾਨੂੰ ਲੀਡਰ ਹੁਕਮ ਕਰ ਦੇਣਗੇ ਇਹ ਜਿਹੜੀ ਹੈ ਅਸੀਂ ਉਡਾ ਦਿਆਂਗੇ ਨਾਲ ਸਾਡੇ ਹਰਿਆਣੇ ਦੇ ਕਿਸਾਨ ਸਾਡੇ ਨਾਲ ਨੇ ਤਾਂ ਇਹ ਕਹਿੰਦੇ ਨੇ ਜੀ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੋ ਸਕਦਾ ਜਿਹੜੇ ਇਹ ਹਰਿਆਣਾ ਪੁਲਿਸ ਦੇ ਮੁਲਾਜ਼ਮ ਖੜੇ ਨੇ ਜਿਹੜਾ ਸ਼ਾਮ ਤੱਕ ਸਾਡੇ ਵੀ ਅੱਖਾਂ 'ਚ ਅੱਥਰੂ ਗੈਸ ਪੈ ਗਈ ਹੋ ਸਕਦਾ ਇਹਨਾਂ ਭਰਾਵਾਂ 'ਚੋਂ ਕਿਸੇ ਨੇ ਸਿੱਟਿਆ ਹੋਵੇ ਪਰ ਇਹ ਆਪਦੀ ਡਿਊਟੀ ਕਰ ਰਹੇ ਨੇ ਤੇ ਇੱਧਰ ਕਿਸਾਨ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਨੇ ਤਾਂ ਇਹ ਫਿਲਹਾਲ ਰਾਤ ਦਾ ਵੇਲਾ ਹਨੇਰਾ ਹੋ ਗਿਆ ਸੀਜ਼ ਫਾਇਰ ਆ ਔਰ ਇਸੇ ਤਰ੍ਹਾਂ ਅਗਰ ਸ਼ਾਂਤਮਈ ਤਰੀਕੇ ਦੇ ਨਾਲ ਗੱਲਬਾਤ ਹੋਵੇ ਕੇਂਦਰ ਦੇ ਨਾਲ ਗੱਲਬਾਤ ਕਰਕੇ ਕੋਈ ਮਸਲਾ ਹੱਲ ਹੋਵੇ ਤਾਂ ਸ਼ਾਇਦ ਉਹੀ ਸਭ ਦੇ ਹਿੱਤ ਦੇ ਵਿੱਚ ਹੋਵੇ ਬਈ ਜੀ ਕਿਵੇਂ ਦੇਖਦੇ ਹੋ ਪੂਰਾ ਅੱਜ ਸ਼ਾਮ ਤੱਕ ਰਾਤ ਤੱਕ ਜਿੰਨਾ ਤਲਖ ਮਾਹੌਲ ਬਣਿਆ ਰਿਹਾ ਅਥਰੂ ਗੈਸ ਚੱਲਦੀ ਰਹੀ ਅਸੀਂ ਵੀ ਜਦੋਂ ਇੱਥੋਂ ਕਿ ਇੱਥੇ ਤਾਂ ਆਉਣ ਹੀ ਨਹੀਂ ਦਿੱਤਾ ਸੀ ਇੱਥੋਂ ਤੱਕ ਆਉਂਦੇ ਸੀ ਆਹ ਥੱਲੇ ਜੋ ਆਪਾਂ ਤਸਵੀਰਾਂ ਦੇਖ ਰਹੇ ਹਾਂ ਉਹ ਮਾਹੌਲ ਤਲਖੀ ਵਾਲਾ ਪੈਦਾ ਹੋ ਗਿਆ ਹੁਣ ਕੋਈ ਮੀਟਿੰਗ ਹੋਈ ਹੈ ਗੱਲਬਾਤ ਹੋ ਰਹੀ ਹੈ ਬੈਰੀਕੇਡ ਤੇ ਇੱਥੇ ਹੀ ਬੈਠਣਾ ਜਾਂ ਹਾਲੇ ਕੋਈ ਫੈਸਲਾ ਹੋ ਰਿਹਾ ਵੇਖੋ ਜੀ ਜਿਹੜਾ ਮੋਦੀ ਸਰਕਾਰ ਦਾ ਇਹ ਬੜਾ ਕੱਟੜਵਾਦੀ ਫੈਸਲਾ ਹੈ ਕਿ ਕਿਸਾਨਾਂ ਨੂੰ ਪ੍ਰੋਟੈਸਟ ਕਰਨ ਦਾ ਕੋਈ ਹੱਕ ਨਹੀਂ ਦੇਸ਼ 'ਚ ਜਿੰਨੀਆਂ ਵੀ ਕੰਟਰੀਆਂ ਨੇ ਉਹਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਵੀ ਤੁਸੀਂ ਧਰਨਾ ਨਹੀਂ ਦੇ ਸਕਦੇ
ਆਪਾਂ ਨੂੰ ਹੱਕ ਏ ਕਿ ਆਪਾਂ ਆਪਣੀ ਮੰਗ ਜਾਇਜ਼ ਕਰ ਸਕਦੇ ਆ। ਬਾਰਡਰ ਰੋਕਣ ਦਾ ਇਹਨਾਂ ਨੂੰ ਕਿਤੇ ਵੀ ਅਧਿਕਾਰ ਨਹੀਂ ਹੈਗਾ। ਬਿਲਕੁਲ ਤਾਨਾਸ਼ਾਹੀ ਸਰਕਾਰ ਏ, ਇਹ ਗਲਤ ਫੈਸਲਾ ਲੈ ਰਹੀ ਏ ਤੇ ਇਹਨਾਂ ਨੂੰ ਇਹਦਾ ਹਰਜਾਨਾ ਭੁਗਤਣਾ ਪਵੇਗਾ। ਹੁਣ ਕੀ ਫੈਸਲਾ ਲੈਣ ਵਾਲਾ? ਜਿਹੜੇ ਕਿਸਾਨ ਜਥੇਬੰਦੀਆਂ ਇੱਥੇ ਮੌਜੂਦ ਨੇ, ਨੌਜਵਾਨ ਮੌਜੂਦ ਨੇ, ਪੂਰਾ ਦਿਨ ਜ਼ੋਰ ਜਮਾਇਸ਼ ਚੱਲਦੀ ਰਹੀ, ਅੱਗੇ ਕੀ ਰਣਨੀਤੀ ਰਹੇਗੀ? ਮੁੱਕ ਦੀ ਗੱਲ ਤੁਹਾਨੂੰ ਇੱਕ ਹੀ ਮੈਂ ਦੱਸਦਾ, ਅਰਜਨ ਨਿਸ਼ਾਨਾ ਲਾਣ ਲੱਗਾ ਸੀ, ਉਹਨੂੰ ਚਿੜੀ ਦੀ ਅੱਖ ਦਿਸਦੀ ਸੀ ਕੱਲੀ, ਸਾਨੂੰ ਮੋਦੀ ਸਰਕਾਰ ਦਿਸਦੀ, ਇਹ ਨਹੀਂ ਦਿਸਦੇ ਹੈਗੇ। ਅਸੀਂ ਉੱਥੇ ਦਿੱਲੀ ਪਹੁੰਚਣਾ ਤੇ ਪਹੁੰਚਾਂਗੇ ਤੇ ਜਾਵਾਂਗੇ। ਬੈਰੀਕੇਡ ਤਾਂ ਬਹੁਤ ਵੱਡੇ ਮਜ਼ਬੂਤ ਲਾਏ ਆ, ਉਧਰੋਂ ਇਹਨਾਂ ਦੀਆਂ ਜਿਹੜੀਆਂ ਅਥਰੂਗਿਆਂ ਗਲੀਆਂ ਤੋਪਾਂ ਉਹ ਬੀੜੀਆਂ ਵੀ ਆ, ਮੜਿਆ ਪੈਰ ਰੱਖਦੇਗਾ ਤੇ ਨਾਲ ਹੀ ਗੋਲਾ ਸਿੱਟ ਦਿੰਦੇ। ਕੋਈ ਗੱਲ ਨੀ, ਇਹ ਗੋਲਿਆਂ ਗਾਲਿਆਂ ਦੀ ਸਾਨੂੰ ਪੰਜਾਬ ਵਾਲਿਆਂ ਨੂੰ ਕੋਈ ਪਰਵਾਹ ਨੀ ਹੈਗੀ। ਇਹ ਮੁੱਕ ਦੀ ਗੱਲ ਇਹ ਵੀ ਸਾਡੀਆਂ ਮੰਗਾਂ ਕਿਉਂ ਨੀ, ਜੇ ਮੋਦੀ ਸਰਕਾਰ ਤੋਂ ਫੈਸਲਾ ਨਹੀਂ ਹੁੰਦਾ ਅਸਤੀਫਾ ਦੇ ਦੇ, ਮੁੱਕ ਦੀ ਗੱਲ ਇਹੀ ਹੈ। ਆਖਰੀ ਆਖਰੀ ਸਵਾਲ, ਹੁਣ ਪ੍ਰਦਰਸ਼ਨ ਇੱਥੇ ਚੱਲੂਗਾ ਕਿ ਅੱਗੇ ਜਾਣਾ? ਅੱਗੇ ਜਾਏਗਾ, ਅੱਗੇ ਜਾਵਾਂਗੇ, ਅੱਗੇ ਜਾਵਾਂਗੇ, ਪਿੱਛੇ ਮੁੜਨ ਵਾਲੇ ਨੀਗੇ ਬਾਈ, ਪਿੱਛੇ ਤਾਂ ਅੱਗੇ ਜਾਵਾਂਗੇ ਕਹਿੰਦੇ ਆ। ਤਾਂ ਇਹ ਰਾਤ ਦਾ ਵੇਲਾ ਹੈ ਜੀ, ਪੂਰਾ ਦਿਨ ਖਿੱਚੋ ਤਾਣ ਚੱਲਦੀ ਰਹੀ ਹੈ। ਪਹਿਲਾਂ ਮਹਿਲਾ ਚੌਂਕ ਸੰਗਰੂਰ ਦੇ ਵਿੱਚ ਇਕੱਠੇ ਹੋਏ ਕਿਸਾਨ, ਉੱਥੋਂ ਅੱਗੇ ਵਧੇ ਹਰਿਆਣੇ ਦੇ ਕਿਸਾਨ, ਇੱਥੇ ਆਏ। ਇੱਕ ਹੋਰ ਤਸਵੀਰ ਦੇਖੋ, ਕਿਸਾਨ ਸੈਲਫੀਆਂ ਕਰਾ ਰਹੇ ਨੇ ਹਰਿਆਣੇ ਵਾਲੀ ਪੁਲਿਸ ਦੇ ਨਾਲ। ਦੇਖੋ ਇਹ ਇਹ ਲੋਕਤੰਤਰ ਵੀ ਹੈ, ਖੂਬਸੂਰਤੀ ਵੀ, ਆਪਸੀ ਪਿਆਰ ਵੀ ਹੈ, ਤੇ ਦਿਨੇ ਡਾਂਗ ਵੀ ਖੜਕੀ ਹੈ, ਦਿਨੇ ਟਕ